ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਟਾਈਮ ਹੋ ਗਿਆ 12:15 ਤੇ ਆਪਾਂ ਚੱਲੇ ਭੰਦੇਰ ਖੇੜੀ। ਤੁਸੀਂ ਕਹੋਗੇ ਭੰਦੇਰ ਖੇੜੀ ਚੱਲੇ ਹਾਂ, ਝੋਲਾ ਗਾਇਆ ਚੱਕਿਆ। ਦਰਅਸਲ ਪਿਛਲਾ ਵਲੌਗ ਐਡਿਟ ਕਰਨ ਰਹਿੰਦਾ ਵਾ, ਉਹ ਕਰਨਾ ਵਾ। ਭੰਦੇਰ ਖੇੜੀ ਇੱਕ ਤਾਂ ਆਪਾਂ ਰੋਟੀ ਖਵਾਉਣੀ ਹੈ, ਅਤੇ ਦੂਜਾ ਹਨੀ ਵੀਰੇ ਦਾ ਕੋਈ ਸਮਾਨ ਗੱਡੀ 'ਚ ਰਹਿ ਗਿਆ ਸੀਗਾ, ਉਹ ਫੜਾ ਕੇ ਆਉਣਾ ਵਾ। ਅਤੇ ਬਾਕੀ ਦੇਖਾਂਗੇ ਕੀ ਕਰਦੇ ਹਾਂ। ਮੰਮੀ ਨੇ ਵੀ ਸਾਡੇ ਨਾਲ ਜਾਣਾ, ਪਹਿਲਾਂ ਤਾਂ ਡੈਡੀ ਅਤੇ ਮੰਮੀ ਨੇ ਜਾਣਾ ਸੀਗਾ, ਬਟ ਡੈਡੀ ਨੂੰ ਕੰਮ ਪੈ ਗਿਆ, ਹੁਣ ਮੈਂ ਪਵਨ ਅਤੇ ਮੰਮੀ ਚੱਲੇ ਹਾਂ। ਅਤੇ ਅੱਜ ਬਹੁਤ ਦਿਨਾਂ ਬਾਅਦ ਸਕੋਰਪੀਓ ਚਲਾਉਣੀ ਆ, ਬੜਾ ਜੀ ਕਰਦਾ। ਵੀਡੀਓ ਦੇ ਹਿਸਾਬ ਨਾਲ ਤਾਂ ਇੱਦਾਂ ਲੱਗਦਾ ਹੋਊ ਕਿ ਮੈਂ ਹਲੇ ਪਰਸੋਂ ਹੀ ਭੰਦੇਰ ਖੇੜੀ ਹੋਇਆ ਤੇ ਦੁਬਾਰਾ ਚੱਲਿਆ, ਬਟ ਦਰਅਸਲ 12 ਦਿਨ ਹੋ ਗਏ। ਹਾਂਜੀ ਵੀ ਆ ਜਾਓ, ਮਾਤਾ ਜੀ ਆ ਜਾਓ। ਤੁਹਾਨੂੰ ਮਹੀਨਾ ਹੋ ਗਿਆ? ਉਦਣ ਹੀ ਗਈ ਸੀ ਮੈਂ ਵੀ ਜਿੱਦਣੇ। ਹਾਂ ਹਾਂ, ਮਤਲਬ ਤੂੰ 7 ਤਰੀਕ ਨੂੰ ਮੁੜੇ ਆਈ ਸੀ ਨਾ, ਅੱਜ 1 ਮਹੀਨਾ ਹੋਣਾ ਨਾ ਤੈਨੂੰ ਵੀ। ਵਾਹ ਜੀ ਵਾਹ, ਤੇ ਗੱਡੀ ਸਾਡੀ ਹੈਗੀ ਬਹੁਤੀ ਗੰਦੀ ਭਾਈ, ਕਿਉਂਕਿ ਇਹ ਵਿਚਾਰੀ ਖੜੀ ਹੋਈ ਉਦਣ ਦੀ। ਹਾਂ ਇਹ ਘੱਟ ਚਲਾਈ ਗਈ ਹੈ। ਚਲੋ ਹੁਣ ਆਪਾਂ ਚੱਲੀ, ਮੈਨੂੰ ਥੋੜੀ ਉੱਪਰੀ ਉੱਪਰੀ ਲੱਗ ਰਹੀ ਹੈ। ਬਟ ਲੈ ਚੱਲਣੀ ਸੀ ਨਹੀਂ ਯਾਰ, ਫਿਰ ਤੈਨੂੰ ਬਹਿਣਾ ਔਖਾ ਹੋ ਜਾਂਦਾ। ਮਗਰ ਬਾਏ ਬਾਏ ਡੈਡੀ, ਖੁਸ਼ ਘਰੇ ਰਹਿ ਗਿਆ ਯਾਰ, ਕੀ ਕਰੀਏ। ਜਿਹੜੇ ਛੋਟਾ ਜਿਹਾ ਕੰਮ ਨਾਲੇ, ਫਿਰ ਵੀ ਤੁਸੀਂ ਜਾਇਓ। ਮੈਂ ਵੀ ਕਹਾਂ ਕੁਛ ਮਿਸਿੰਗ ਸੀਗਾ, ਮੰਮੀ ਨੇ ਜਦ ਦੀ ਨੇ ਫੋਨ ਹੀ ਨਹੀਂ ਸੀ ਕੱਢਿਆ, ਅਮਾ ਲਾਇਆ ਹੀ ਨਹੀਂ ਫੋਨ, ਅੱਜ ਕੀ ਗੱਲ ਹੈ। ਹੁਣ ਮੰਮੀ ਨੇ ਫੋਨ ਕੱਢਿਆ, ਅੱਜ ਮੈਨੂੰ ਲੱਗਦਾ ਆਪਾਂ ਜਦੇ ਗੱਲਾਂ ਚ ਪਏ ਹੋਏ ਆ, ਤੇ ਮੰਮੀ ਨੂੰ ਹੁਣ ਯਾਦ ਆਇਆ ਵੀ ਮੈਂ ਫੋਨ, ਮੇਰਾ ਇਹ ਕੰਮ ਕਿਵੇਂ ਰਹਿ ਗਿਆ। ਔਰ ਮੰਮੀ ਨੇ ਹੁਣ ਮੀਟਿੰਗ ਸ਼ੁਰੂ ਆ, ਤੇ ਆਪਾਂ ਤੁਹਾਨੂੰ ਬਥੇਰ ਕਿਹੜੇ ਜਾ ਕੇ ਮਿਲਦੇ ਆ। ਅੱਜ ਅਸੀਂ ਸਾਰੇ ਨਾਲ ਗੱਲਾਂ ਮਾਰਦੀ ਆ ਗਏ ਵਲੌਗ, ਇੱਕ ਗੱਲ ਆੜੀ ਨਹੀਂ ਯਾਰ। ਅੱਜ ਮੈਂ ਪਿੰਦਰ ਨੂੰ ਪੁੱਛੀ ਜਾਂਦੀ ਆ ਵੀ ਤੁਸੀਂ ਆ ਰਹਾ ਨੂੰ ਮਿਸ ਨਹੀਂ ਕੀਤਾ ਹੈਗਾ, ਕਿਆ ਉਧਰ ਮੌਸਮ ਕਿਵੇਂ ਸੀਗਾ? ਦੇਖੋ ਜਦੋਂ ਮੈਂ ਉੱਥੇ ਸੀਗਾ ਉਦੋਂ ਮੈਂ ਇੱਥੇ ਮਿਸ ਕਰਦਾ ਹੁੰਦਾ, ਜਦੋਂ ਮੈਂ ਐਡਿਟਿੰਗ ਕਰਦਾ ਸੀਗਾ ਨਾ, ਕਈ ਵਾਰੀ ਅਸੀਂ ਚੇਨਈ ਸਵੇਰੇ ਉਦੋਂ ਜੀ ਕਰਦਾ ਦੁਬਾਰਾ ਉੱਥੇ ਪਹੁੰਚ ਜੀ। ਪਿੰਦਰ ਮੈਂ ਦੇਖਿਆ, ਪਿੰਦਰ ਐਡਿਟਿੰਗ ਕਰਦੇ ਨਾ ਕੱਲੀ ਹੱਸੀ ਜਾਂਦੇ ਹੁੰਦੇ ਸੀਗੇ ਬੈਠੇ, ਫਿਰ ਵੀ ਨਾ ਯਾਦ ਆ ਕੇ ਕਿੰਨਾ ਵਧੀਆ ਲੱਗਦਾ ਸੀ ਆਪਾਂ ਵਾਪਸ ਵੀ ਆ ਗਏ। ਬਸ ਇਹ ਆਪਣੀ ਦੁਨੀਆਦਾਰੀ ਹੈ ਮਿੱਤਰਾ, ਕਦੇ ਇੱਥੇ ਕਦੇ ਉੱਥੇ ਚੱਲੀ ਜਾਣੀ ਹੈ। ਜਿਵੇਂ ਹੁਣ ਇੱਕ ਤੁਸੀਂ ਘੁੰਮ ਕੇ ਆਏ ਹੋ ਕਿ ਤੁਹਾਨੂੰ ਯਾਦ ਆਂਗੂ ਰਹਿ ਗਿਆ ਹੋਣਾ ਵਾ, ਹਨਾ ਬਸ ਇੱਕ ਯਾਦ। ਯਾਰ ਬਹੁਤ ਵਧੀਆ ਟ੍ਰਿਪ ਸੀਗਾ, ਆ ਕਿਵੇਂ ਸੀ? ਉਹ ਡਿਗਿਆ ਸੀਗਾ ਡੋਡੋ ਦਾ, ਇਹ ਬਹੁਤ ਵਧੀਆ ਟ੍ਰਿਪ ਸੀਗਾ, ਜਿਵੇਂ ਇੱਕ ਮੇਰੇ ਨਾਲ ਕਾਸ਼ੀ ਨਾਲ ਵਧੀਆ ਟ੍ਰਿਪ ਰਿਹਾ ਤੇ ਦੂਜਾ ਆ ਗਏ ਅਸੀਂ ਤਾਂ ਸਿਆੜ ਤੇ ਬਾਕੀ। ਚਲੋ ਯਾਰ ਮੰਮੀ ਪਿੱਛੇ ਫੋਨ ਤੇ ਆ ਗਿਆ। ਓਕੇ ਹੁਣ ਕਰੀ ਆ ਕੇ ਮਿਲਦੇ। ਬਾਏ ਬਾਏ ਬਾਏ। ਕਿਵੇਂ ਆ? ਵਧੀਆ ਵੀਰੇ, ਤੁਸੀਂ ਦੱਸੋ। ਤੇ ਕਿਵੇਂ ਲੱਗਿਆ ਪੂਰਾ? ਦੁਪਹਿਰ ਦੀ ਰੋਟੀ ਖਾ ਲਈ, ਹੁਣ ਆਪਾਂ ਹਨੀ ਵੀਰੇ ਦਾ ਸਮਾਨ ਫੜਾਇਆ ਜੀ ਉਧਰ। ਦੁਪਹਿਰਾਂ ਹੁਣ ਉਧਰ ਘੱਟ ਕੇ ਹੋਣਾ। ਕਹਿੰਦੇ ਟ੍ਰਿਪ ਦੀ ਆਨ ਬਾਨ ਸ਼ਾਨ, ਹਨੀ ਭੰਦੇਰ ਪਧਾਰ ਰਹੇ ਹੈ। ਧੋਖਾ ਚੱਲ ਵੀਰੇ, ਆ ਪੜੋ ਆਪਦੀ। ਮੈਂ ਚੱਪਲਾਂ ਲੈਣ ਨਹੀਂ ਉਦਣ ਦਾ, ਇਹ ਆ ਉਹ ਸ਼ਖਸ ਜਿਹਦੇ ਕਰਕੇ ਹਨੀ ਵੀਰੇ ਨੂੰ ਟਾਈਮ ਨਾਲ ਘਰੇ ਆਉਣਾ ਪਿਆ। ਕੌਰ ਸੇ ਦੇਖੋ ਚਿਹਰੇ ਕੋ, ਹੈਲੋ। ਅੱਜ ਤਾਂ ਬਿੱਲੀ ਬੜੀ ਕਿਹੜੀ ਸੋਚਾਂ ਚ ਡੁੱਬ ਗਏ? ਉਹ ਬ੍ਰੈਸਲੇਟ ਨਾ ਕਿ ਮੇਰੀ ਬ੍ਰੈਸਲੇਟ ਲਾ ਕੇ ਰੱਖੀ ਹੋਈ ਹੈ ਨਾ ਗੱਡੀ ਦੇ ਅੱਗੇ ਕੋਲੇ, ਉਹ ਹਰ ਵਾਰ ਦੇ ਪਾਈ ਹੋਈ ਹੈ, ਉਹ ਨਾ ਕਿ ਨਹੀਂ ਆ। ਹਾਂ ਮੈਂ ਤਾਂ ਬਿਸਕੁਟ ਖਾ ਲਿਆ ਨਹੀਂ, ਇਹ ਕਹਿੰਦਾ ਮੈਨੂੰ ਬਾਅਦ ਪਤਾ ਲੱਗੇ ਬਿਸਕੁਟ ਕਾਹਦੇ ਖਾਂਦਾ ਵੀਰ, ਵੀ ਮੁੜ ਕੇ ਜਾਣਾ ਨਾ ਪਵੇ ਉੱਠ ਕੇ ਯਾਰ। ਆਪਾਂ ਪਹਿਲੇ ਹੀ ਬਿਸਕੁਟ ਖਾ ਲਏ, ਜਦ ਹੁਣ ਬਾਕੀ ਗਾਇਆ ਇਸ ਕਮਰੇ ਜਾ ਕੇ ਕੀ ਹੋਇਆ? ਬੇਟਾ ਮੈਰੀ ਗਾਇਆ ਇਹ ਵੀ ਲੱਗਾ ਰਹੇ ਕਮਰੇ 'ਚ ਬੜੇ, ਉਬਰੇ ਚੱਲਦੇ ਆ ਜੇ ਤੇਰਾ ਮਨ। ਹਾਂ ਫਿਰ ਬੰਦੇ ਨੇ ਪੁੱਛਣਾ ਤਾਂ ਹੈਗਾ ਹੀ ਸੀਗਾ। ਬਾਏ ਕਰ ਦੋ ਸਾਰਿਆਂ ਨੂੰ, ਬਾਏ ਕਰ ਦੋ, ਬਾਏ 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 ਕਰ ਦੋ। ਜਸਨੀਤ ਆ ਜਾ ਤੁਸੀਂ ਉਧਰ। ਹੈਲੋ,
ਉਹਦੇ ਚਾਚੂ ਨੂੰ ਬਾਏ ਕਰੋ ਬਾਏ ਬਾਏ ਕਰ ਚਾਬੀ ਤੂੰ ਲੱਗੀ ਆਣੀ ਆ ਚਲ ਅਸੀਂ ਰੋਡ ਕੇ ਲੈ ਜਾਾਂਗੇ ਫਿਰ ਤੂੰ ਚਾਬੀ ਲੈ ਜਾ ਠੀਕ ਆ ਮੈਂ ਤੇਰੇ ਵਾਲੀ ਗੱਡੀ ਦੀ ਚਾਬੀ ਲੈ ਜੂੰ ਫਿਰ ਤੂੰ ਆ ਗੱਡੀ ਰੱਖ ਲੈ ਮੈਂ ਤੇਰੇ ਵਾਲੀ ਰੱਖ ਲਾਂ ਗੱਡੀ ਫਿਰ ਨਵੀਂ ਗੱਡੀ ਦੇ ਚਾਚੂ ਜੀ ਕਿ ਡੈਡਾ ਦੀ ਆ ਚਾਚੂ ਜੀ ਹਾਂ ਬਾਏ ਕਰ ਬਾਏ ਕੇ ਚੱਲੇ ਸੀ ਬਾਏ ਬਾਏ ਚਾਬੀ ਦੇ ਦੋ ਚੱਲ ਠੀਕ ਹੈ ਬਾਈ ਚਲੋ ਬਾਈ ਓਕੇ ਹਾਂਜੀ ਮਿਲਦੇ ਹਾਂ ਬਣਾਉਨੇ ਫਿਰ ਦੁਬਾਰਾ ਪ੍ਰੋਗਰਾਮ ਕਰਾਂਗੇ ਚੱਲ ਕਿਸੇ ਪਾਸੇ ਠੀਕ ਹੈ ਯਾਰੀ ਚਲ ਆਪਾਂ ਤੋਂ ਰਹੀ ਹਾਂ ਸ਼ਾਮ ਨੂੰ ਫਿਰ ਮੈਂ ਤਿੰਨ ਚਾਰ ਵਾਰੀ ਦੇਣ ਤੇ ਮਿਲਦਾ ਠੀਕ ਹੈ ਮੈਂ ਵੀ ਦੇਖੀ ਜਾਂਦਾ ਚਲੋ ਤਾਂ ਬਾਈ ਆਪ ਬਾਏ ਬਾਏ ਮਿਲਦੇ ਹਾਂ ਫਿਰ ਆਪਾਂ ਲੋ ਵੀ ਵੀਡੀਓ ਵੀ ਐਡਿਟ ਕਰਤੀ ਸਾਰਾ ਕੰਮ ਨਿਬੜ ਗਿਆ ਚੰਗਾ ਬਾਈ ਬਾਏ 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 ਓਕੇ ਚਾਚਾ ਬਾਏ ਬਾਏ ਮਿਲਦੇ ਹਾਂ ਫਿਰ ਬਾਏ ਆਂਟੀ ਆਂਟੀ ਮੰਮੀ ਨਾਲ ਗੱਲਾਂ 'ਚ ਵੀ ਚਲੋ ਵੀ ਚਲੋ ਅੱਜ ਪਵਨ ਹੁਣਾਂ ਨੂੰ ਹਨੀ ਕਿਆ ਕਰਿਆ ਨਾ ਅਸੀਂ ਇਕੱਲੀ ਇਕੱਲੀ ਟੂਰ ਦੀ ਨਾ ਗੱਲ ਜਿਹੜੀ ਸੀ ਕੈਮਰੇ 'ਤੇ ਨਹੀਂ ਸੀ ਬਣਾਈ ਮਤਲਬ ਇਕੱਲਾ ਕਹਿੰਦਾ ਡੇਟ ਸਾਰਾ ਕੁਝ ਦੱਸਤਾ ਨਾ ਸਾਰਾ ਕੁਝ ਵੇਖ ਕਿਵੇਂ ਕੀ ਕੀਤਾ ਮੈਂ ਤੁਸੀਂ ਮਿਸ ਕਰਤਾ ਤੁਸੀਂ ਇੱਧਰਲੇ ਘਰ ਹੀ ਬੈਠੇ ਰਹੇ ਅੱਜ ਸਾਡਾ ਜਿਹੜਾ ਅਸੀਂ 2 ਘੰਟੇ ਬੈਠੇ ਸਾਨੂੰ ਪਤਾ ਨਹੀਂ ਲੱਗਿਆ 2 ਘੰਟੇ ਕਦੋਂ ਲੰਘ ਗਏ ਸਾਡੇ ਕਿਉਂ ਤੁਹਾਨੂੰ ਪਤਾ ਹੀ ਆ ਨਹੀਂ ਵੀਰੇ ਦਾ ਡਿਟੇਲਸ ਕਿਵੇਂ ਸਮਝਾਉਂਦਾ ਇੰਨਾ ਕਿ ਪੂਰੀਆਂ ਨਾਲੇ ਐਕਟਿੰਗ ਕਰ ਕਰਕੇ ਤੇ ਬਾਈ ਇੱਕ ਨਾ ਫਿਰ ਸਵਾਲ ਪੁੱਛਿਆ ਗਿਆ ਬਈ ਹਰਪਿੰਦਰੇ ਨੂੰ ਗੱਡੀ ਕਿਉਂ ਨਹੀਂ ਚਲਾਉਣ ਦਿੱਤੀ ਗੱਡੀ ਚਲਾਉਣ ਦਾ ਮੈਨੂੰ ਨਹੀਂ ਮਿਲੀ ਉਹਦਾ ਜਵਾਬ ਇਹ ਸੀ ਹਰਪਿੰਦਰੇ ਦਾ ਕਿਤੇ ਮਾਰੀ ਹੋਣੀ ਸੀ ਗੱਡੀ ਤਾਂ ਮੈਂ ਬਹੁਤ ਘੱਟ ਚਲਾਈ ਆ ਹਰਪਿੰਦਰਾ ਕਹਿੰਦਾ ਮੈਂ ਤਾਂ ਭੈਬੀ ਪੂਰੀਆਂ ਮੋਜਾ ਕਰਕੇ ਆਇਆ ਹਾਂ ਇਹਦਾ ਕਹਿੰਦਾ ਮੈਨੂੰ ਘੁਮਾ ਕੇ ਲੈ ਕੇ ਆਏ ਨੇ ਇਹ ਤਾਂ ਹੈ ਹਰਪਿੰਦਰਾ ਤਾਂ ਸਰਦਾਰ ਟਾਈਪ ਰਹਿ ਕੇ ਆਇਆ ਪੂਰਾ ਮੈਂ ਤਾਂ 2-3 ਦਿਨ ਦੱਸਿਆ ਨਹੀਂ ਹੈਗਾ ਵੀ ਪਿੱਛੇ ਤਾਂ ਨਜ਼ਾਰਾ ਹੀ ਬਹੁਤ ਆ ਬੈਠਣ ਦਾ ਕਹਿੰਦੇ ਦੋਨੇ ਜਣੇ ਪੂਰੇ ਪੂਰੇ ਖੁਸ਼ ਹੋਏ ਬੈਠੇ ਹੁੰਦੇ ਸੀਗੇ ਚਲੋ ਹੁਣ ਆਪਾਂ ਚੱਲਦੇ ਹਾਂ ਜੋਧਾ ਨੂੰ ਤੇ ਡੈਡੀ ਤੋਂ ਥੋੜੀਆਂ ਗਾਲਾਂ ਖਾ ਲਈਆਂ ਸੀ ਤਿੰਨਾਂ ਨੇ ਕਿਉਂਕਿ ਟਾਈਮ ਹੋ ਗਿਆ ਪਵਨ ਕਿੰਨਾ 6 6 ਹੋ ਗਏ ਤੇ ਫਿਰ ਹੁਣ ਜਾਣਾ ਬਣਦਾ ਵੀ ਆ ਬਾਈ ਕੰਮ ਹੀ ਸਾਡੇ ਗਾਲਾਂ ਖਾਣ ਵਾਲੇ ਆ ਘਰੇ ਵਾਪਸ ਆ ਗਏ ਵਾਪਸ ਆਇਆ ਨੂੰ ਹੋ ਗਿਆ ਸਾਨੂੰ 1:45 ਤੇ ਹੁਣ ਮੈਂ ਚੱਲਿਆ ਥੋੜਾ ਜਿਹਾ ਬਾਹਰ ਆਪਣਾ ਨਾ ਪਿੰਦਰ ਵੀਰਾ ਇੰਡੀਆ ਆਇਆ ਹੋਇਆ ਜਦੋਂ ਅਸੀਂ ਟੂਰ ਤੇ ਸੀ ਉਦੋਂ ਵੀਰਾ ਘਰੇ ਆ ਕੇ ਵੀ ਗਿਆ ਸੀਗਾ ਹੁਣ ਵੀਰੇ ਨੇ 5 ਨੂੰ ਵਾਪਸ ਚਲੇ ਜਾਣਾ ਅੱਜ ਮਿਲਿਆ ਈਏ ਤੇ ਥੋੜਾ ਬਹੁਤਾ ਸ਼ੁਗਲ ਮੇਲਾ ਮਨਾ ਲਈਏ ਥੋੜਾ ਹੀ ਮਨਾ ਕੇ ਆਏ ਇਹ ਅਗਲਾ ਦਿਨ ਹੋ ਗਿਆ ਰਾਤ ਮੈਂ ਘਰੇ ਆਉਣ ਦਾ ਲੇਟ ਹੋ ਗਿਆ ਤੇ ਮੈਨੂੰ ਰਾਤ ਨਾ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਮੇਰੇ ਜਿਹੜੇ ਮਤਲਬ ਭਰਾ ਦੇ ਯਾਰ ਦੋਸਤ ਨੇ ਉਹਨਾਂ ਨੂੰ ਨੀਅਰ ਅਬਾਊਟ ਕਿਸੇ ਨੂੰ 14 ਸਾਲ ਕਿਸੇ ਨੂੰ 12 ਸਾਲ ਕਿਸੇ ਨੂੰ 10 ਸਾਲ ਹੋ ਗਏ ਬਾਹਰ ਗਿਆ ਨੂੰ ਬਟ ਅੱਜ ਵੀ ਉਹ ਕਨੈਕਸ਼ਨ ਚ ਨੇ ਅੱਜ ਵੀ ਉਹ ਜਦੋਂ ਕੋਈ ਇੰਡੀਆ ਆਉਂਦਾ ਉਹ ਆਪਦੇ ਇੱਕ ਦੂਜੇ ਦੇ ਯਾਰ ਦੋਸਤ ਦੇ ਘਰੇ ਜਾਂਦੇ ਆ ਮਿਲਦੇ ਆ ਤੇ ਉਦਾਂ ਉੱਥੇ ਰਹਿ ਕੇ ਵੀ ਵਟਸਐਪ ਤੇ ਕਨੈਕਟਡ ਰਹਿੰਦੇ ਆ ਗਰੁੱਪ ਬਣਾਇਆ ਹੋਇਆ ਹਰ ਕੋਈ ਆਪਦਾ ਜੋ ਜੋ ਕਰਦਾ ਉੱਥੇ ਸੈਂਡ ਕਰ ਦਿੰਦਾ ਜਾਂ ਕੋਈ ਗੱਲ ਕਰ ਲੈਂਦੇ ਵੀ ਆਪਾਂ ਇੱਦਾਂ ਕਰਨਾ ਆਪਾਂ ਇੱਦਾਂ ਕਰਨਾ ਸੋ ਯਾਰੀ ਦੋਸਤੀ ਮੈਂ ਕਹਿੰਦਾ ਇੱਕ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਮੈਂ ਅੱਗੇ ਵੀ ਆਪਦੀ ਵੀਡੀਓ 'ਚ ਕਿਹਾ ਵਾ ਤੇ ਟੱਚਵੁੱਡ ਕਾਫੀ ਜਣੇ ਕਮੈਂਟ ਵੀ ਕਰ ਦਿੰਦੇ ਕਿ ਤੁਹਾਡੀ ਯਾਰੀ ਦੋਸਤੀ ਮਤਲਬ ਮੇਰੀ ਕਾਸ਼ੀ ਆਪਣਾ ਜੀਤ ਹੋ ਗਿਆ ਮਾਸਟਰ ਵੀ ਤੁਹਾਡੀ ਯਾਰੀ ਦੋਸਤੀ ਬਹੁਤ ਵਧੀਆ ਵਾ ਮੈਂ ਹੁਣ ਵੀਡੀਓ ਐਡਿਟ ਕਰਨ ਲੱਗਦਾ ਸੀਗਾ ਤੇ ਮੈਂ ਕਲਿੱਪ ਦੇਖੀ ਯਾਰ ਮੈਂ ਕਿਹਾ ਮੈਂ ਹਮੇਸ਼ਾ ਨਾ ਸਨੀ ਦਾ ਨਾਮ ਲੈਣਾ ਭੁੱਲ ਜਾਂਦਾ ਸਨੀ ਬਾਕੀ ਤਾਂ ਮੇਰੇ ਯਾਰ ਦੋਸਤ ਨੇ ਤੂੰ ਤਾਂ ਮੇਰਾ ਭਾਈ ਆ ਮਿੱਤਰ ਨੂੰ ਨਾਮ ਹੀ ਲੈਂਦਾ ਹੁੰਦਾ ਸਮਝਿਆ ਕਰ ਤੂੰ ਇਹ ਤਾਂ ਮੈਨੂੰ ਲੱਗਦਾ ਬੰਦੇ ਨੂੰ ਯਾਰੀ ਦੋਸਤੀ ਫਿਰ ਸਮਝ ਆਉਂਦੀ ਆ ਜਦੋਂ ਆਪਾਂ ਇੱਕ ਇਹੋ ਜਿਹੇ ਸਰਕਲ 'ਚ ਰਹੀਏ ਹਮੇਸ਼ਾ ਜਦੋਂ ਮੈਂ ਛੋਟਾ ਹੁੰਦਾ ਸਾਡੇ ਹਰਮਨ ਵੀਰੇ ਉਹਨਾਂ ਦੇ ਗਾਂ ਸਰਕਲ ਮਤਲਬ ਜਿਹੜਾ ਯਾਰੀ ਦੋਸਤੀ ਦੇ ਮੈਂ ਉਹ ਸਰਕਲ ਦੇ ਵਿੱਚ ਵੱਡਾ ਹੋਇਆ ਹੋਇਆ ਤੇ ਸ਼ਾਇਦ ਮੈਨੂੰ ਤਾਂ ਹੀ ਯਾਰੀ ਦੋਸਤੀ ਦੀ ਅਹਿਮੀਅਤ ਉਹਦੀ ਮੀਨਿੰਗ ਵੱਧ ਵਧੀਆ ਲੱਗਦੇ ਆ ਕਿ ਹਾਂ ਇੱਕ ਵਧੀਆ ਯਾਰ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਤੁਹਾਨੂੰ ਬਹੁਤ ਔਖੇ ਟਾਈਮਾਂ 'ਚ ਇੱਕ ਵਧੀਆ ਯਾਰ ਦੋਸਤ ਹੀ ਕੰਮ ਆਉਂਦਾ ਹੁੰਦਾ ਤੇ ਹੁਣ ਮੈਂ ਸਵੇਰੇ ਸਵੇਰੇ ਪਵਨ ਦਾ ਕੁਰੀਅਰ ਫੜਨ ਚੱਲਿਆ ਮੈਂ ਆਪਣੇ ਜੁੱਤਾ ਪਿੰਡ ਦੇ ਕੋਲੇ ਮਨਸੂਰਾ ਹੀ ਹਾਂ ਉੱਥੇ ਚੱਲਿਆ ਤੇ ਕੁਰੀਅਰ ਫੜ ਕੇ ਫਿਰ ਆਪਾਂ ਘਰ ਨੂੰ ਚੱਲਦੇ ਹਾਂ ਗਰਮੀ ਦੇ ਦਿਨਾਂ 'ਚ ਜਿੰਨਾ ਹੋ ਸਕਦਾ ਚਾਹ ਨੂੰ ਅਵੋਇਡ ਕਰੋ ਠੰਡੀਆਂ ਚੀਜ਼ਾਂ ਪੀਓ ਮਤਲਬ ਲੱਸੀ ਪੀਓ ਬਰਫ਼ ਪਾ ਕੇ ਤੇ ਨਾਰੀਅਲ ਪਾਣੀ ਪੀਓ ਤੇ ਰੱਜ ਕੇ ਪਾਣੀ ਪੀਓ 5-6 ਗਲਾਸ ਘੱਟੋ ਘੱਟ ਇਹ ਸਿਰਫ ਉਸ ਦਿਨ ਹੀ ਹੈ ਜਿਸ ਦਿਨ ਰਾਤ ਨੂੰ ਪਾਰਟੀ ਕੀਤੀ ਹੋਵੇ ਨਹੀਂ ਤਾਂ ਡੇਲੀ ਚਾਹ ਪੀਓ ਠੰਡੀ ਲੱਸੀ ਇਜ਼ ਵੈਰੀ ਗੁੱਡ ਫਾਰ ਹੈਲਥ ਮੈਨ ਤੂੰ ਦੰਦ ਜੇ ਕੀ ਕੱਢਦੇ ਆ ਅੱਜ ਮੰਮੀ ਜਿਹੜੀ ਥਾਰ ਲੈ ਕੇ ਆਇਆ ਜਿਹੜੀ ਕਹਿੰਦਾ ਮੈਨੂੰ ਬਹੁਤ ਟਾਈਮ ਆ ਮੈਂ ਗੱਡੀ ਨਹੀਂ ਚਲਾਈ ਤੇ ਪਵਨ ਦਾ ਕੁਰੀਅਰ ਕੀ ਹੋਊਗਾ ਵਿੱਚ ਪਰ ਹੁਣ ਤੁਹਾਡੇ ਆਜੂਗਾ ਹਾਂ ਉਹਨਾਂ ਨੇ ਮੇਰੀ ਨਵੀਂ ਮੈਜ਼ਰਮੈਂਟ ਲੈ ਕੇ ਸਟਿਚ ਕੀਤਾ ਓਕੇ ਜੀ ਵੈਰੀ ਗੁੱਡ ਆ ਹੈਗਾ ਕਮੀਜ਼ ਜੋਰਜੈਟ ਫੈਬਰਿਕ
ਇਹਦਾ ਡਿਫਰੈਂਟ ਜਿਹਾ ਸੂਟ ਆ ਹੈ ਹਾਂ ਆ ਹੈਗਾ ਦੁਪੱਟਾ ਡਬਲ ਸ਼ੇਡਡ ਤੇ ਉਹਦਾ ਓਕੇ ਨਾਲ ਲੈਸ ਲੱਗੀ ਆ ਤੇ ਆ ਹੈਗਾ ਪਲਾਜ਼ੋ ਜੀ ਸੌਰੀ ਸਲਵਾਰੀ ਆ ਪਲਾਜ਼ੋ ਸਟਾਈਲ ਆਲ ਰਾਈਟ ਸੋਨਾ ਓਕੇ ਪਹਿਲਾਂ ਇਹ ਜੋਰਜੈਟ ਤੇ ਹੀ ਆ ਤੇ ਇਹਦੇ ਪੌਂਚੇ ਦੇ ਥੱਲੇ ਵਰਕ ਕੀਤਾ ਹੋਇਆ ਆਲ ਰਾਈਟ ਹੋਰ ਜੀ ਕੁਝ ਹੋਰ ਕੁਝ ਨਹੀਂ ਹੁਣ ਜਿੱਦਨੇ ਆਪਾਂ ਅਗਲੀ ਵਾਰੀ ਕਿਤੇ ਹੁਣ ਜਾਵਾਂਗੇ ਕੱਲ ਪਰਸੋਂ ਨੂੰ ਉਦੋਂ ਮੈਂ ਹੀ ਸੂਟ ਪਾ ਕੇ ਜਾਵਾਂਗੀ ਅੱਛਾ ਤੁਸੀਂ ਜਾਣਾ ਕਿਤੇ ਹਾਂ ਕਿੱਥੇ ਜਾਣਾ ਤੁਸੀਂ ਜੀ ਤੂੰ ਮਹੀਨੇ ਚੱਕ ਕਰੀ ਬੰਦੇਰ ਖੇੜੀ ਗਈਆਂ ਜਾਂ ਬ੍ਰਿੰਦਰ ਨਾਲ ਜਾ ਕੇ ਦਵਾਈ ਲੈ ਗਈਆਂ ਬਸ ਥੱਲੇ ਤਾਂ ਪਵਨ ਦੀ ਉਹ ਫਿਲਮ ਵੀ ਰਹਿ ਗਈ ਅਮੀਰ ਖਾਨ ਦੀ ਪਤਾ ਨਹੀਂ ਹੁਣ ਲੱਗੀ ਉਹ ਪਤਾ ਨਹੀਂ ਲੱਗੀ ਉਹ ਤਾਂ ਮੈਨੂੰ ਲੱਗਦਾ ਹੈ ਨਹੀਂ ਹੈ ਨਹੀਂ ਉਹ ਦੇਖ ਕੇ ਆਉਂਦੀ ਨਾ ਮੈਂ ਕਿਹੜੀ ਕਿੱਪੀ ਘਰੇ ਆਉਂਦੀ ਨਵੀਂ ਹੈ ਜਿਹੜੀ ਉਹ ਕਿਹੜੀ ਆਉਣੀ ਉਹਨਾਂ ਮੇਰਾ ਤਿੱਤਲੀਆਂ ਵਰਗਾ ਯਾਰ ਹੋ ਗਈ ਕਹਿੰਦੇ ਉਹ ਵੀ ਹਾਂ ਓਕੇ ਚਲ ਠੀਕ ਆ ਉਹ ਤੇਰੀ ਫਿਲਮ ਪੱਕੀ ਮੇਰੇ ਦਿਮਾਗ 'ਚ ਨਾ ਇੱਕ ਦੁਬਿਧਾ ਚੱਲ ਰਹੀ ਹੈ ਕਿ ਮੈਂ ਲੈਪਟਾਪ ਨੂੰ ਅਪਡੇਟ ਕਰਾਂ ਜਾਂ ਫੋਨ ਨੂੰ ਅਪਡੇਟ ਕਰਾਂ ਹੁਣ ਆਪਣੀਆਂ ਦੋਨੀ ਆਈਟਮਾਂ 50% ਹੀ ਕੰਮ ਕਰਦੇ ਜਿਹੜਾ ਆਪਣਾ ਲੈਪਟਾਪ ਆ ਉਹ ਜਦੋਂ ਆਪਾਂ ਔਨ ਕਰਦੇ ਹਾਂ ਕਈ ਵਾਰੀ ਨਾ ਸਕਰੀਨ ਨੱਚਣ ਲੱਗ ਜਾਂਦੀ ਫਿਰ ਉਹਨੂੰ 10 ਮਿੰਟ ਲੱਗਦੇ ਸੈੱਟ ਹੋਣ ਨੂੰ ਅਤੇ ਜਿਹੜਾ ਆਪਣਾ ਫੋਨ ਆ ਇਹ ਕਈ ਵਾਰੀ ਵੀਡੀਓ ਬਣਾਉਣ ਲੱਗਦੇ ਹਾਂ ਆਪਾਂ ਕੈਮਰਾ ਬੰਦ ਹੋ ਜਾਂਦਾ ਅਤੇ ਮੈਂ ਬੋਲੀ ਜਾਂਦਾ ਹੁੰਦਾ ਮੈਂ ਇੱਕ ਸਲਾਹ ਦੇਵਾਂ ਤੁਹਾਨੂੰ ਜੀ ਤੁਸੀਂ ਕੁਛ ਨਹੀਂ ਅਪਡੇਟ ਕਰਨਾ ਮੈਂ ਸੋਚ ਰਹੀ ਹਾਂ ਮੈਂ ਆਪਦਾ ਫੋਨ ਅਪਡੇਟ ਕਰ ਲਵਾਂ ਤੂੰ ਤਾਂ ਗੱਲਾਂ ਹੀ ਕਰਨੀ ਹੈ ਤੂੰ ਤਾਂ ਗੱਲਾਂ ਹੀ ਕਰਨੀਆਂ ਨੇ ਤੂੰ ਤਾਂ ਗੱਲਾਂ ਹੀ ਕਰਨੀਆਂ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਸਲਾਹ ਦੇਣੀ ਹੈ ਇੱਥੇ ਆਪਾਂ YouTube ਕਹਿੰਦੇ ਨਾ YouTube 'ਚ ਪੈਸੇ ਹੈਗੇ ਆ YouTube 'ਚ ਪੈਸੇ ਹੈਗੇ ਮੈਂ ਕਹਿੰਦਾ YouTube 'ਚ ਪੈਸੇ ਹੈਗੇ ਬਟ ਜਦੋਂ ਆਪਾਂ ਜਿਹੜਾ YouTube ਇੱਕ ਇਦਾਂ ਦਾ ਪਲੇਟਫਾਰਮ ਆ ਨਾ ਇੱਥੇ ਕੁਝ ਵੀ ਸਟੇਬਲ ਹੈਗਾ ਸਾਰੇ ਨਵੇਂ YouTube ਵਾਲੇ ਮੰਨ ਲ ਗੱਲ ਕਰਨਾ ਮੈਂ ਇਹ ਗੱਲ ਕਰਦਾ ਹੁੰਦਾ ਮੈਂ ਕਿ ਇੱਥੇ ਨਾ ਸਟੇਬਲ ਨਹੀਂ ਹੈਗਾ ਜਿਵੇਂ ਕੋਈ ਵੀ ਆਪਾਂ ਇੱਕ ਆਰਟਿਸਟ ਲਾਈਫ ਆ ਨਾ ਉਹਦੇ ਵਿੱਚ 3-4 ਹੋ ਸਕਦਾ ਪੂਰੇ ਤੁਹਾਡੇ ਵਧੀਆ ਪੀਕ ਦੇਣ ਉਹ ਤੋਂ ਬਾਅਦ ਕਦੇ ਨਾ ਕਦੇ ਤੁਹਾਡਾ ਗ੍ਰਾਫ ਹਲੇ ਜਾਊਗਾ ਸੋ ਜਿੰਨਾ ਹੋ ਸਕਦਾ ਨਾ ਅਦਰ ਸੇਵਿੰਗਸ ਵੀ ਕਰੋ ਜਿਹੜੇ YouTuber ਐਟਮ ਹੈਗੇ ਆ ਜਿਹੜੇ YouTuber ਬਣਨਾ ਚਾਹੁੰਦੇ ਆ ਜਾਂ ਕੋਈ ਸਿੰਗਰ ਬਣਨਾ ਚਾਹੁੰਦੇ ਆ ਉਹ ਜਦੋਂ ਤੁਸੀਂ ਆਪ ਵੀ ਪੀਕ ਤੇ ਹੋਣਗੇ ਉਦੋਂ ਤੁਸੀਂ ਆਏ ਨਹੀਂ ਵੀ ਮੈਂ ਆ ਵੀ ਲੈਣਾ ਮੈਂ ਆ ਵੀ ਲੈਣਾ ਉਦੋਂ ਕਈ ਚੀਜ਼ਾਂ 'ਚ ਅਦਰ ਸੋਚ ਸੋਚ ਕੇ ਵੀ ਅੱਜ ਆ ਲੈ ਲਈਏ ਜਿਹਦੇ ਨਾਲ ਸਾਦਾ ਨਹੀਂ ਉਹ ਲੈ ਜਿਹੜੇ ਬਲੇ ਸਾਦਾ ਉਹਨੂੰ ਰੋਕ ਦਈਏ ਸੋ ਮੈਂ ਤਾਂ ਸਮਝਾਉਣਾ ਚਾਹਣਾ ਕਿ ਐਂਬੋਲੀ ਵੀ ਕਰ ਦੋ ਅਪਡੇਟ ਹੁਣ ਮੈਂ ਲੈਣ ਨੂੰ ਲੈ ਸਕਦਾ ਫੋਨ ਵੀ ਲੈ ਸਕਦਾ ਲੈਪਟਾਪ ਵੀ ਲੈ ਸਕਦਾ ਇਕੱਠੇ ਬਟ ਮੈਨੂੰ ਆਇਆ ਵੀ ਜਦ ਤੱਕ ਮੈਂ ਟੱਕਰਾਂ ਮਾਰ ਮਾਰ ਕੇ ਮੇਰਾ ਕੰਮ ਚੱਲਦਾ ਚੱਲੀ ਜਾਵੇ ਮੈਨੂੰ ਪਤਾ ਪਿੰਦਰ ਨੇ ਲੈਪਟਾਪ ਵਾਲੇ ਉਦੋਂ ਤੱਕ ਨਹੀਂ ਲੈਣਾ ਜਦੋਂ ਤੱਕ ਉਹਨੂੰ ਏਸੀ ਦੀ ਹਵਾ ਲਵਾਲਵਾ ਨਹੀਂ ਚਲਾਉਂਦਾ ਵੀ ਜਮੇ ਖਰਚਾ ਜਿਹੜਾ ਮੇਰਾ ਨਾ ਪੁਰਾਣਾ ਲੈਪਟਾਪ ਸੀਗਾ ਉਹ ਮੈਂ ਕੂਲਰ ਦੇ ਮੂਹਰੇ ਬੈਠ ਕੇ ਆਪਣੀ ਸੀ ਨਹੀਂ ਸੀਗਾ ਮੈਂ ਕੂਲਰ ਦੇ ਮੂਹਰੇ ਬੈਠ ਕੇ ਨਾ ਐਡਿਟ ਕਰਦਾ ਸੀਗਾ ਜਦੋਂ ਕੂਲਰ ਬੰਦ ਹੋ ਜਾਂਦਾ ਸੀਗਾ ਸਾਡਾ ਲੈਪਟਾਪ ਬੰਦ ਹੋ ਜਾਂਦਾ ਕਹਿੰਦੇ ਜੀ ਸਾਡਾ ਕੂਲਰ ਰੱਖ ਕੇ ਪਾਵਾਂਗੇ ਸਾਰਾ ਤੁਸੀਂ ਸਾਰੇ ਆ ਲੈਪਟਾਪ ਬੰਦ ਕਰ ਦੇਣਾ ਸੀਗਾ ਕਿ ਅੱਜ ਕੱਲ ਬਹੁਤ ਨਵੇਂ ਮੁੰਡੇ ਵੀ YouTube ਤੇ ਆਉਣਾ ਚਾਹੁੰਦੇ ਆ YouTube ਵਾਲਾ ਕੰਮ ਵਧੀਆ ਪੈਸੇ ਹੈਗੇ ਆ ਬਟ ਇੱਥੇ ਸਿਕਿਉਰਿਟੀ ਨਹੀਂ ਹੈਗੀ YouTube ਤੇ ਅੱਜ ਹੈਗੇ ਆ ਕੱਲ ਨੂੰ ਨਹੀਂ ਹੈਗੇ ਸੋ ਚੀਜ਼ਾਂ ਨੂੰ ਧਿਆਨ ਨਾਲ ਤੇ ਸਮਝ ਕੇ ਕਰੋ ਹਾਂ ਤੇ ਬਾਕੀ ਬੈਕਅਪ ਪਲਾਨ ਆਪਦੇ ਦਿਮਾਗ 'ਚ ਰੱਖਿਓ ਕਿਉਂਕਿ YouTube ਤੇ ਇਹ ਵੀ ਹੈ ਨਹੀਂ ਕਿ ਸਕਸੈਸ ਮਿਲੂਗਾ ਹੀ ਮਿਲੂਗਾ ਕਿੰਨੇ ਟਾਈਮ ਲਈ ਮਿਲੂਗਾ ਜਿਵੇਂ ਹੁਣ ਜੇ ਮੈਂ ਤੁਹਾਨੂੰ ਮੈਂ ਆਪਦੀ ਗੱਲ ਦੱਸ ਦੇਣਾ ਮੈਂ YouTube ਤੇ ਆਪਦਾ ਇੰਨਾ ਦਿਮਾਗ ਇਸ ਲਈ ਇਨਵੈਸਟ ਕਰਦਾ ਰਹਿੰਦਾ ਕਿਉਂਕਿ ਮੈਨੂੰ ਇੱਕ ਇਹ ਵੀ ਆ ਵੀ ਚੱਲ ਜੇ ਹੋਰ ਨਹੀਂ ਤਾਂ ਖੇਤੀ ਤਾਂ ਹੈਗੀ ਵੀ ਹੈ ਅਤੇ ਨਹੀਂ ਮੇਰਾ ਭਰਾ ਬਾਰਾ ਮੈਂ ਉਹਦੇ ਕੋਲ ਚਲੇ ਜਾਣਾ ਬਾਅਦ 'ਚ ਸੋ ਇਹ ਚੀਜ਼ਾਂ ਮਾੜਾ ਖਿਆਲ ਰੱਖਿਓ ਇਹ ਵੀ ਨਾ ਹੋਵੇ ਕਿ ਤੁਸੀਂ ਘਰੇ ਆਪਾਂ ਕੰਮ ਦੀ ਘਰੇ ਕੰਮ ਦੀ ਲੋੜ ਹੋਵੇ ਅਤੇ ਆਪਾਂ YouTube ਤੇ ਮੱਥਾ ਮਾਰੀ ਜਾਈਏ ਆਪਦੇ ਘਰ ਨੂੰ ਵੀ ਦੇਖਿਓ ਅਤੇ ਜਦੋਂ ਤੁਸੀਂ ਪਹਿਲਾਂ YouTube ਸ਼ੁਰੂ ਕਰਨੀ ਆ ਨਾ ਉਦੋਂ ਆਪਦਾ ਫਰੀ ਟਾਈਮ ਇਨਵੈਸਟ ਕਰਿਓ ਆਪਦਾ ਵੈਲਿਊਏਬਲ ਟਾਈਮ YouTube ਤੇ ਇਨਵੈਸਟ ਨਾ ਕਰਿਓ ਬਾਕੀ ਇਹ ਵੀ ਨਹੀਂ ਪਤਾ ਬਈ ਕਿਹੜਾ ਯੂਟਿਊਬਰ ਕਦੋਂ ਛਾਜੇ ਡਰਿਓ ਨਾ ਚੱਕ ਦਿਓ ਕੰਮ ਨੂੰ ਕਿਉਂ ਬਈ ਹਾਂਜੀ ਤੇ ਆਪਣਾ ਲੈਕਚਰ ਹੀ ਹੈ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਆਪਾਂ ਕਿਹੜੀ ਚੀਜ਼ ਅਪਡੇਟ ਕਰੀਏ ਠੀਕ ਹੈ ਫੋਨ ਤਾਂ ਮੈਨੂੰ ਲੱਗਦਾ ਮੇਰਾ ਪਹਿਲਾਂ ਬਣਦਾ ਯਾਰ ਫੋਨ ਤਾਂ ਹੁਣ ਮੇਰਾ ਐਡਰ ਨਾ ਵਿਚਾਰਾ ਇਹ ਹੈਗਾ ਵਾ 10 XR ਤੇ ਹੁਣ ਵਿਚਾਰੇ ਨੇ ਇੰਨਾ ਕੁ ਸਾਥ ਦਿੱਤਾ ਹੁਣ ਇਹ ਵਿਚਾਰਾ ਮੈਨੂੰ ਕਹਿੰਦਾ ਵਾ ਇਹਨੇ ਵਿਚਾਰੇ ਨੇ ਬਹੁਤ ਸਾਥ ਦਿੱਤਾ ਵੀ ਹੁਣ ਇਹ ਕਹਿੰਦਾ ਵਾ ਬਾਈ ਯਾਰ ਬਸ ਕਰ ਯਾਰ ਬਹੁਤ ਹੋ ਗਿਆ ਹੁਣ ਸਾਰੇ ਕਰਦਾ ਹਾਂ ਇਹਨੂੰ ਤਾਂ ਮੈਂ ਨਾ ਇੱਥੇ ਇੱਕ ਫਰੇਮ ਬਣਾ ਦੇਣਾ ਉਹਦੇ ਵਿੱਚ ਲਵਾ ਦੇਣਾ ਬਹੁਤ ਇਹ ਫੋਨ ਨੇ ਜ਼ਿੰਦਗੀ ਆਪਾਂ ਕਹਿ ਲਈਏ ਇਹਨੇ ਆਪਣੀ ਸ਼ੁਰੂਆਤ ਕਰੀ ਤੇ ਮੁੜ ਕੇ ਆਹ ਫੋਨ ਨੇ ਤੇ ਆਪਣੇ ਉਹ ਲੈਪਟਾਪ ਨੇ ਯੈਸ ਠੀਕ ਆ ਤੇ ਬਾਕੀ ਹੁਣ ਸਭ ਵਧੀਆ ਓਵਰ ਐਂਡ ਆਊਟ ਬਾਏ ਬਾਏ ਹੁਣ ਰਿਟ ਕਰੀਏ ਤੇ ਮੰਮੀ ਹੁਣਾਂ ਦੀ ਵੇਟ ਕਰੀਏ ਕਦੋਂ ਆਉਂਦੇ ਆ ਫਿਰ ਦੁਬਾਰਾ ਜਾਣਾ ਵਾ Thank you.